ਜੀਰਕਪੁਰ ਆਯੁਸ ਇੰਡੇਨ ਗੈਸ ਏਜੰਸੀ ਦੇ ਮਾਲਿਕ ਜੈ ਸਿੰਘ ਨੇ ਦੱਸਿਆ ਕਿ ਕੱਲ ਰਾਤ ਉਹਨਾਂ ਨੂੰ 4 ਬੰਦਿਆਂ ਨੇ ਕਿਡਨੈਪ ਕਰ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਰੋਡ ਤੇ ਚੁੰਨੀ ਪਿੰਡ ਕਿਸੇ ਫਾਰਮ ਹਾਊਸ ਵਿੱਚ ਲੈ ਗਏ, ਜਿੱਥੇ ਉਹਨਾਂ ਨਾਲ ਮਾਰਕੁੱਟ ਕੀਤੀ ਗਈ ਅਤੇ ਉਹਨਾਂ ਦੀ ਕਨਪਟੀ ਦੇ ਰਿਵਾਲਵਰ ਰੱਖ ਕੇ ਏਜੰਸੀ ਵਿੱਚ ਹਿੱਸੇਦਾਰੀ ਪਾਉਣ ਲਈ ਧਮਕਾਇਆ ਜਾ ਰਿਹਾ ਸੀ ਤੇ ਨਾਲ ਹੀ ਉਹਨਾਂ ਦੇ ਵਰਕਰ ਵੀ ਸਨ ਜਿਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਵਿੱਚੋਂ ਅਰੁਣ ਨਾਮ ਦਾ ਵਰਕਰ ਹਨੇਰੇ ਦਾ ਫਾਇਦਾ ਚੁੱਕ ਕੇ ਉੱਥੋਂ ਭੱਜ ਗਿਆ ਤਾਂ ਉਸਨੇ ਮਾਲਿਕ ਜੈਮਲ ਦੀ ਘਰਵਾਲੀ ਨੂੰ ਕਾਲ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਤੇ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ, ਜਿਸ ਤੇ ਜੀਰਕਪੁਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਛਡਾਇਆ ਅਤੇ 6 ਵਿਅਕਤੀਆਂ ਨੂੰ ਮੌਕੇ ਤੇ ਕਾਬੂ ਵੀ ਕੀਤਾ। ਏਜੰਸੀ ਮਾਲਕ ਜੈਮਲ ਨੇ ਇਹ ਵੀ ਦੋਸ਼ ਲਗਾਏ ਕਿ ਪੁਲਿਸ ਨੇ 6 ਵਿਅਕਤੀ ਕਾਬੂ ਕੀਤੇ ਸਨ, ਪਰ ਪੁਲਿਸ ਨੇ ਫਤਿਹਵੀਰ ਨਾਮਕ ਰਿਟਾਇਰਡ ਜੱਜ ਦੇ ਮੁੰਡੇ ਨੂੰ ਕੇਸ ਵਿੱਚੋਂ ਬਾਹਰ ਕਰ ਦਿੱਤਾ ਹੈ ਅਤੇ ਸਿਰਫ 4 ਵਿਅਕਤੀ ਹੀ ਹਿਰਾਸਤ ਵਿੱਚ ਦਿਖਾਈ ਦੇ ਰਹੇ ਹਨ। ਇਸ ਸੰਬੰਧੀ ਮਾਮਲੇ ਦੀ ਤਫਤੀਸ਼ ਕਰ ਰਹੇ ASI ਬੂਟਾ ਸਿੰਘ ਨੇ ਦੱਸਿਆ ਕਿ ਏਜੰਸੀ ਮਾਲਕ ਜੈਮਲ ਸਿੰਘ ਦੀ ਸ਼ਿਕਾਇਤ 4 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਇੱਕ ਰਿਵਾਲਵਰ ਤੇ ਇੱਕ ਪਿਜ਼ੈਰੋ ਕਾਰ ਵੀ ਬਰਾਮਦ ਕੀਤੀ ਗਈ ਹੈ ਅਤੇ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਯਹਾਂ ਪੇ ਕਹਾਂ ਕਾਮ ਕਰਤੇ ਹੈਂ ਆਪ? ਆਯੁਸ਼ ਇੰਡੀਅਨ ਜੀਰਕਪੁਰ ਮੇਂ ਗੈਸ ਏਜੰਸੀ ਹੈ, ਵਹਾਂ ਪੇ ਮੈਂ ਸਟਾਫ ਹੂੰ। ਅੱਛਾ ਜੀ, ਕਿਆ ਬਾਤ ਹੋਈ ਥੀ? ਸਰ ਯੇ ਪਲੈਨਿੰਗ ਇਨਕੀ ਸਰ ਸੁਬਹ ਸੇ ਹੀ ਸ਼ੁਰੂ ਹੋ ਗਈ ਥੀ ਜੀ। ਸੁਬਹ 8 ਵਜੇ ਕਰੀਬ ਮੁਝੇ ਕਿ ਇਸ ਕਸਟਮਰ ਕਾ ਫੋਨ ਆਇਆ ਕਿ ਮੇਰੇ ਪਾਸ ਸੈਂਟਰ ਆਇਆ ਹੈ ਜੋ ਅੰਡਰਵੇਟ ਹੈ, ਮਤਲਬ ਕਿ ਉਸਮੇਂ 2-2.5 ਕਿਲੋ ਗੈਸ ਕਮ ਹੈ। ਤੋ ਵਹਾਂ ਪੇ ਮੈਂ ਪਹੁੰਚਾ ਔਰ ਵਹਾਂ ਪੇ ਮੈਨੇ ਦੇਖਾ ਕਿ ਕਸਟਮਰ ਕੇ ਸਾਥ ਮੇਂ ਇੱਕ ਰਾਜਵੀਰ ਸਿੰਘ ਸੋਟੀ ਲੜਕਾ ਹੈ, ਉਸਕੇ 2-3 ਡਰਾਈਵਰ ਹੈ, 2-3 ਲੜਕੇ ਔਰ ਵੀ ਥੇ, ਮਤਲਬ ਕਿ 4-5 ਬੰਦੇ ਜੇ। ਤੋ ਯੇ ਆਪਣੇ ਆਪ ਕੋ ਵਹਾਂ ਪੇ ਕਹਿਣੇ ਲਗੇ ਕਿ ਹਮ IOCL ਕੇ ਰਿਪ੍ਰੈਜੈਂਟੇਟਿਵ ਹੈ, ਵਹਾਂ ਆਫਿਸਰ ਹੈ। ਇਹਨਾਂ ਨੇ ਕਸਟਮਰ ਕੋ ਮਿਸਗਾਈਡ ਕੀਆ, ਠੀਕ ਹੈ, ਔਰ ਮੇਰੇ ਲੜਕੇ ਕੋ ਮੈਨੂੰ ਡਰਾ ਧਮਕਾ ਕੇ ਮੇਰਾ ਸਿਲੰਡਰ ਜੋ ਠੀਕ ਥਾ ਉਸਕੋ ਇਹਨਾਂ ਨੇ ਰਿਪਲੇਸ ਕਰਕੇ ਜਾਂ ਕੁਛ ਵੀ ਕਰਕੇ ਉਸਕੋ ਅੰਡਰਵੇਟ ਸ਼ੋ ਕੀਆ ਵਹਾਂ ਪੇ, ਮਤਲਬ ਕਿ ਇਸਮੇਂ ਗੈਸ ਕਮ ਹੈ। ਇਹ ਸੀਗਾ ਜੀ, ਕੱਲ੍ਹ ਸਾਨੂੰ ਕੰਟਰੋਲ ਰੂਮ ਤੋਂ ਤਲਾਹ ਮਿਲੀ ਸੀ ਵੀ ਉਹ ਗੈਸ ਏਜੰਸੀ ਦਾ ਮਾਲਕ ਹੈ, ਉਹਨੂੰ ਕਿਸੇ ਨੇ ਅਗਵਾ ਕਰ ਲਿਆ, ਆਪਣੇ ਆਪ ਨੂੰ ਬਿਜ਼ਨਸ ਦੇ ਮੁਲਾਜ਼ਮ ਦੱਸ ਕੇ ਗਏ ਸੀ। ਉਸ ਤੋਂ ਬਾਅਦ ਅਸੀਂ ਇਹਦੀ ਪੜਤਾਲ ਕਰਦੇ ਕਰਦੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੂੰ ਜਿਹੜਾ ਹੈਗਾ ਸਿੱਧੂ ਫਾਰਮ ਮਹਿਦੂਦ ਦਾ ਪਿੰਡ ਰੱਖਿਆ ਹੋਇਆ, ਉੱਥੇ ਅਸੀਂ ਪੁਲਿਸ ਪਾਰਟੀ 'ਚ ਨੇ ਦਰਿਆ ਆਪਣੇ ਰੇਡ ਕੀਤੀ ਅਤੇ ਇਹਨਾਂ ਨੂੰ ਬਰਾਮਦ ਕਰਾਇਆ। ਕਿੰਨੇ ਬੰਦੇ ਅਰੈਸਟ? 4 ਬੰਦੇ ਅਰੈਸਟ। ਤੇ ਇਹਨਾਂ ਕੋਲੋਂ ਕੀ ਕੀ ਬਰਾਮਦ ਗਿਆਪਨ ਮਿਲਿਆ? ਇਹਨਾਂ ਕੋਲ ਇੱਕ ਜਿਹੜਾ ਹੈਗਾ ਮੇਨ ਹੈਗਾ ਦੋਸ਼ੀ ਹੈਗਾ, ਉਹਦੇ ਕੋਲ ਇੱਕ ਡੇਰਾ ਬਸੀ ਤੋਂ ਮੇਜਰਲੀ ਜਿਵੇਂ ਪੰਜਾਬ ਟੀਵੀ।